ਕਹਿੰਦੇ ਕਿ ਤੁਸੀਂ ਜੋਸ਼ੀ ਵਾਲਾ ਨਹਿਲਾ ਸਿੱਟਿਆ ਸੀ ਤੇ ਬੀਜੇਪੀ ਵਾਲ ਨੇ ਸਿਰਸੇ ਵਾਲਾ ਦੈਲਾ ਸਿੱਟ ਦਿੱਤਾ ਸੀ ਜੋਸ਼ੀ ਨੇ ਆਪ ਛੱਡੀ ਸੀ ਜੋਸ਼ੀ ਨੇ ਇੱਕ ਇਸ਼ੂ ਤੇ ਛੱਡੀ ਸੀ ਬੀਜੇਪੀ ਸਰਸੇ ਤੇ ਸਿਰ ਤੇ ਬੰਦੂਕ ਰੱਖ ਕੇ ਉਹਨਾਂ ਕਹਿੰਦੇ ਜਨ ਜੇਲ ਜਾਂ ਸਿਕਪੰਦ ਜੀ ਸੋ ਉਹਦੀ ਚੋਇਸ ਆ ਸੀ ਜੋਸ਼ੀ ਨੇ ਕਿਸਾਨੀ ਤੇ ਛੱਡ ਕੇ ਉੜਿਆ ਸੀ ਆ ਫਰਕ ਹੈ ਜੀਲ ਕਿਉਂ ਮਹਿੰਦਰ ਸਿੰਘ ਸਿਰਸਾ ਦਾ ਕੋਈ ਗੁਨਾਹ ਕੀਤਾ ਸੀ ਉਹਨਾਂ ਨੇ ਅੱਜ ਕੱਲ ਸੈਂਟਰ ਦੇ ਸਰਕਾਰ ਦਾ ਇੱਕ ਰਿਵਾਜ ਬਣਿਆ ਹੈ ਕਿ ਸਾਰਿਆਂ ਤੇ ਪਰਚਾ ਦੇ ਦਿਓ ਫਿਰ ਈਡੀ ਦੇ ਭੇਜ ਦਿਓ ਫਰਿੰਗਮ ਟੈਕਸ ਭੇਜ ਦਿਓ ਫਿਰ ਜਿਹੜਾ ਨਰਕੋਟਿਕਸ ਡਿਪਾਰਟਮੈਂਟ ਭੇਜ ਦਿਓ ਉਹ ਆਪਣੇ ਪੋਲੀਟੀਕਲ ਅਪੋਨੈਂਟਸ ਦੇ ਮਗਰ ਆਪਣੀ ਪੋਲੀਟੀਕਲ ਆ ਜਿਹੜੀ ਪਾਵਰ ਹੈ ਗਵਰਨਮੈਂਟ ਪਾਵਰ ਯੂਜ਼ ਕਰਦੇ ਆ ਤੁਸੀਂ ਦੇਖਿਆ ਹੋਣਾ ਜਦੋਂ ਦੀ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਨਾਲ ਨਾਤਾ ਤੋੜਿਆ ਲਗਾਤਾਰ ਉਹਨਾਂ ਨੇ ਦੇਖਿਆ ਕਿ ਹੁਣ ਅਸੀਂ ਸਿੱਖ ਪਾਰਟੀ ਨੂੰ ਸ਼੍ਰੋਮਣੀ ਸਿੱਖਾਂ ਦੇ ਇੰਸਟੀਚਿਊਨ ਨੂੰ ਖਤਮ ਕਰਨਾ ਹੈ ਕਿਉਂਕਿ ਆ ਸਾਰੀ ਲੜਾਈ ਤੁਸੀਂ ਦੇਖਿਆ ਹੋਣਾ ਕਿਸਾਨੀ ਐਜੀਟੇਸ਼ਨ ਜਿਆਦਾ ਪੰਜਾਬੀਆਂ ਨੇ ਤੇ ਆਪਣੇ ਕੌਮ ਨੇ ਲੜੀ ਹੈ ਜੇ ਤੁਸੀਂ ਓਵਰਆਲ ਦੇਖੋਗੇ ਜੀ ਤੇ ਉਹਨਾਂ ਦੇ ਮਨ 'ਚ ਇੱਕ ਹੁਣ ਏਜੰਡਾ ਬਣ ਗਿਆ ਇੱਕ ਨਫ਼ਰਤ ਬਣ ਗਈ ਹੈ ਕਿ ਅਸੀਂ ਹੁਣ ਇਹਨਾਂ ਨੂੰ ਠੋਕਣਾ ਤੁਸੀਂ ਦੇਖੋ ਛੋਟੀ ਛੋਟੀ ਗੱਲਾਂ ਨੋਟਿਸ ਕਰੋ ਰਖੜਾ ਸਾਹਿਬ ਨੇ ਜੋ ਸਾਡੇ ਐਮਐਲਏ ਹੈ ਉਹਨਾਂ ਦੇ ਭਰਾ ਅਮਰੀਕਾ ਅਮਰੀਕਾ ਤੋਂ ਆ ਕੇ ਉਹਨਾਂ ਨੇ ਉੱਥੇ ਲੰਗਰ ਲਾਇਆ ਟੈਂਟ ਸਿਟੀ ਬਣਾਈ ਦਰਸ਼ਨ ਸਿੰਘ ਰਖੜਾ ਦਰਸ਼ਨ ਸਿੰਘ ਰਖੜਾ ਨੇ ਜਦੋਂ ਐਕਤੀ ਆਏ ਤੇ 에어ਪੋਰਟ ਤੋਂ ਵਾਪਸ ਕਰਤਾ ਕਿ ਤੁਸੀਂ ਉੱਥੇ ਕਿਸਾਨੀ ਐਜੀਟੇਸ਼ਨ ਵਿੱਚ ਹਿੱਸਾ ਲੈਂਦਾ ਹੈ ਤੇ ਤੁਸਾਨੂੰ ਹਿੰਦੁਸਤਾਨ ਚ ਐਂਟਰ ਕਰ ਸਕਦੇ ਕੀ ਕਿਸਾਨੀ ਐਜੀਟੇਸ਼ਨ ਵਿੱਚ ਹਿੱਸਾ ਲੈਣਾ ਕੋ ਗੁਨਾ ਹੈ ਐਸ ਲੈਵਲ ਤੇ ਥੱਲੇ ਗਏ ਹੁਣ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਹੋ ਗਿਆ ਪਹਿਲੇ ਤਾਂ ਸੈਂਟਰ ਸਰਕਾਰ ਨੇ ਆਪਣੀਆਂ ਪਾਰਟੀਆਂ ਖੜੀਆਂ ਕਰਤੀ ਸਾਡੇ ਖਿਲਾਫ ਇਲੈਕਸ਼ਨ ਚ ਹਾਰ ਗਏ ਸ਼੍ਰੋਮਣੀ ਕਾਲੀ ਦਲ ਜਿੱਤ ਗਿਆ ਜਦੋਂ ਜਿੱਤ ਗਿਆ ਦੇਖੋ 3 ਮਹੀਨੇ ਹੋ ਗਏ ਹਲੇ ਤੱਕ ਚਾਰਜ ਨਹੀਂ ਲੈਣ ਦਿੱਤਾ ਕਿ ਡੈਮੋਕਰੈਟਿਕਲੀ ਇਲੈਕਟਿਡ ਬਾਡੀ ਇੰਡੀਅਨ ਕਨਸਟੀਟਿਊਸ਼ਨ ਇਲੈਕਸ਼ਨ ਇਲੈਕਸ਼ਨ ਕਮਿਸ਼ਨ ਨੇ ਕਰਾਇਆ ਅਸੀਂ ਨਹੀਂ ਡੋਮੀਨੇਟ ਕੀਤੇ ਉਹਨਾਂ ਨੂੰ ਚਾਰਜ ਨਹੀਂ ਲੈਣ ਦਿੱਤਾ ਹਲੇ ਤੱਕ 3 3 ਮਹੀਨੇ ਹੋ ਗਏ ਪਰਚੇ ਤੇ ਪਰਚੇ ਸਾਡੇ 11 ਮੈਂਬਰਾਂ ਤੇ ਪਰਚੇ ਦਿੱਤੇ ਉਹਨਾਂ ਨੂੰ ਰੋਜ਼ ਥਾਣੇ ਬੁਲਾਉਂਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਬੁਲਾਉਂਦੇ ਆ ਤੇ ਪੁਲਿਸ ਦੇ ਕਮਿਸ਼ਨਰ ਉਹਨਾਂ ਨੂੰ ਧੰਗਾਉਂਦੇ ਤੁਸੀਂ ਬਦਲੋ ਤੁਸੀਂ ਕਾਲੀ ਦਲ ਛੱਡੋ ਤੇ ਦੂਜੇ ਪਾਸੇ ਸਾਡੇ ਪਾਸੇ ਆਓ ਪਰ ਡਟੇ ਰਹੋ ਸਾਡੇ ਹਰਮੀਤ ਕਾਲਕਾ ਤੇ ਵੀ ਪਰਚੇ ਤਿੰਨ ਪਰਚੇ ਦੇਤੇ ਪਰ ਉਹ ਡਟਿਆ ਰਿਹਾ ਸਰਸੇ ਦੀ ਵੀ ਦਿੱਤੇ ਹੁਣ ਸਰਸਾ ਪ੍ਰੈਸ਼ਰ ਮੰਨ ਗਿਆ ਉਹ ਬਜਾਰੇ ਨਹੀਂ ਮੰਨੇ ਆ ਹੀ ਫਰਕ ਹੈ ਸਰਸਾ ਨੂੰ ਕਾਇਰ ਮੰਨਦੇ ਹੋ ਜਾਂ ਮਜਬੂਰ ਮੈਂ ਸਰਸਾ ਹੀ ਦੱਸ ਸਕਦਾ ਕਿਉਂਕਿ ਦੱਸਿਆ ਕੀ ਹੈ ਜਿਹੜੀ ਅਕਾਲੀ ਦਲ ਦੀ ਟ੍ਰੈਡੀਸ਼ਨ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਲੀਡਰ ਕਿਤੇ ਪਰਚਿਆਂ ਤੋਂ ਨਹੀਂ ਡਰਦੇ ਜੇ ਡਰਦੇ ਹੁੰਦੇ ਤੇ 16 16 ਸਾਲ ਬਾਦਲ ਸਾਹਿਬ ਨੇ ਜੇਲਾ ਨਹੀਂ ਕਟਣੀਆਂ ਸੀ ਹੂੰ 인ਦਰਾ ਗਾਂਧੀ ਦਾ ਯਾਦ ਯਾਦ ਕਰੋ ਐਮਰਜੈਂਸੀ ਉਦੋਂ ਪਤਾ ਨਹੀਂ ਹੁੰਦਾ ਜੀ ਕਿ 2 ਸਾਲ ਅੰਦਰ ਜਾਣਾ ਜਾਂ 5 ਸਾਲ ਅੰਦਰ ਰੱਖਣਗੇ ਹੂੰ ਹਿੰਦੋਸਤਾਨ ਦੇ ਕੋਨੇ-ਕੋਨੇ ਜੇਲ੍ਹਾਂ 'ਚ ਨਜ਼ਰਬੰਦ ਰੱਖਦੇ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪਰਵਾਹ ਨਹੀਂ ਕਰਦੇ ਸੀ ਹੂੰ ਆ ਇਤਿਹਾਸ ਅਕਾਲੀ ਦਲ ਤੁਹਾਨੂੰ ਕੋਈ ਪਤਾ ਲੱਗਿਆ ਸਿਰਸੇ ਦਾ ਜਾਣਦਾ ਉਹਨੇ ਮੈਨੂੰ ਸਵੇਰੇ ਮੈਨੂੰ ਆਪਣਾ ਮੈਸੇਜ ਭੇਜਿਆ WhatsApp ਤੇ ਮੈਨੂੰ ਪਰਚੇ ਦੀ ਦਿਖਾਈ ਮੈਨੂੰ ਕਹਾਂ ਮੇਰੇ ਤੇ ਪਰਚਾ ਕਰ ਦਿੱਤਾ ਹੈ ਹੁਣ ਪੁਲਿਸ ਮੈਨੂੰ ਫੜਨ ਆਈਆ ਮੇਰੇ ਕੋਲੇ ਹੈਗਾ ਵੀ ਵਟਸਐਪ ਆ ਜਿਹੜਾ ਇਹਨਾਂ ਨੇ ਕੀਤਾ ਹੈ ਕਾਦਾ ਪਰਚਾ ਸੀ ਉਹ ਤਾਂ ਪਰਚਾ ਤਾਂ ਉਹਨਾਂ ਨੇ ਬਣਾ ਕੇ ਤਿੰਨ ਪਰਚੇ ਕਰਤੇ ਜੀ ਬੰਗਲਿੰਗ ਦੇ ਤੁਸੀਂ ਦੇਖੋ ਜੀ ਐਜੀ ਡੀਜੀਪੀਸੀ ਦੇ ਦਫਤਰ ਚ ਪੁਲਿਸ ਆਉਣੀ ਆ ਸਿਕ ਇੰਸਟੀਟਿਊਸ਼ਨ ਹੈ ਅਜੇ ਤੱਕ ਪੁਲਿਸ ਨਹੀਂ ਗਈ ਕਿਸੇ ਇੰਸਟੀਟਿਊਸ਼ਨ ਉਹ ਬੜ ਸਾਰੇ ਲੱਗੇ ਦੂਜੇ ਉਹਨਾਂ ਦੀ ਬੀਜੇਪੀ ਦੇ ਅਸੇ ਦੂਜੇ ਜਿਹੜੇ ਅੱਗੇ ਮੈਂਬਰ ਆਪਣੇ ਉਹ ਚਾਹੁੰਦੇ ਆ ਕਿ ਬੇਸਿਕਲੀ ਬੀਜੇਪੀ ਦਾ ਕਬਜ਼ਾ ਹੋ ਜਾਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਉਹਨਾਂ ਨੇ ਕੀ ਲਿਖਿਆ ਮੈਨੂੰ ਦੇ ਵਾਂਟ ਟੂ ਅਰੈਸਟ ਮੀ ਉਹ ਆਪਣੇ ਸੋ ਮਤਲਬ ਕੀ ਹੈ ਪਰ ਮੈਨੂੰ ਦੁੱਖ ਹੈ ਕਿ ਉਹਨੂੰ ਪ੍ਰੈਸ਼ਰ ਚੱਲ ਲੈਣਾ ਚਾਹੀਦਾ ਸੀ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ